ਪੰਜਾਬੀ ਗੁਨਾਨ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ। ਗਲੋਬਲ ਪੱਧਰ ਦੇ ਕਹਿਰ ਵਰਸਾ ਰਹੇ ਕੋਰੋਨਾ ਵਾਇਰਸ ਵਿਰੁੱਧ ਲੜਾਈ 'ਚ ਕਾਰੋਬਾਰ ਸੈਕਟਰ ਆਪਣਾ ਯੋਗਦਾਨ ਦੇਣ ਲਈ ਸਾਹਮਣੇ ਆਇਆ। ਇਸ ਕੜੀ ਵਿੱਚ ਬਾਬਾ ਰਾਮਦੇਵ ਦੀ ਪਤੰਜਲੀ ਆਯੁਰਵੇਦਿਕ ਦੇ ਨਾਂ ਵੀ ਸ਼ਾਮਿਲ ਹੋਇਆ ਤੇ ਪਤੰਜਲੀ ਆਯੁਰਵੇਦ ਨੇ ਆਪਣੇ ਸਾਬਣ ਦੀ ਕੀਮਤ 'ਚ 12.5% ਕਟੌਤੀ ਕਰਨ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਪਤੰਜਲੀ ਨੇ ਐਲੋਵੀਰਾ, ਹਲਦੀ ਤੇ ਚੰਦਨ ਦੀਆਂ ਕੀਮਤਾਂ ਵੀ ਇੰਨੀਆਂ ਹੀ ਘੱਟ ਕਰ ਦਿੱਤੀਆਂ ਨੇ। ਪਤੰਜਲੀ ਆਯੁਰਵੇਦਿਕ ਦੇ ਬਾਨੀ ਬਾਬਾ ਰਾਮਦੇਵ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਦੇ ਕਾਰਨ ਦੇਸ਼ ਵਿੱਚ ਹੈਂਡ ਸੈਨੇਟਾਈਜ਼ਰ ਦੀ ਮੰਗ 'ਚ ਭਾਰੀ ਵਾਧਾ ਹੋਇਆ, ਜਿਸ ਕਰਕੇ ਇਸ ਉਤਪਾਦ ਦੀ ਬਲੈਕ ਮਾਰਕੀਟਿੰਗ ਨੂੰ ਹੁੰਗਾਰਾ ਮਿਲ ਰਿਹਾ। ਉਹਨਾਂ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਲਗਾਤਾਰ ਇਸ ਦੀ ਵੱਧ ਮੰਗ ਹੋ ਰਹੀ ਹੈ ਤੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਖੁਦ ਹੈਂਡ ਸੈਨੇਟਾਈਜ਼ਰ ਤਿਆਰ ਕਰੇਗੀ ਤੇ ਇਹ ਹੈਂਡ ਸੈਨੇਟਾਈਜ਼ਰ ਲਗਭਗ 15 to 30 ਦਿਨ ਦੇ ਅੰਦਰ ਅੰਦਰ ਉਪਲਬਧ ਕਰਵਾ ਦਿੱਤਾ ਜਾਵੇਗਾ। ਬਾਬਾ ਰਾਮਦੇਵ ਨੇ ਕਿਹਾ ਕਿ ਪਤੰਜਲੀ ਆਯੁਰਵੇਦ ਦਾ ਹੈਂਡ ਸੈਨੇਟਾਈਜ਼ਰ ਦੂਜੀਆਂ ਬਹੁਰਾਸ਼ਟਰੀ ਕੰਪਨੀਆਂ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਤੇ ਸਸਤਾ ਹੋਵੇਗਾ। ਬਾਬਾ ਰਾਮਦੇਵ ਨੇ ਕਿਹਾ ਕਿ ਉਹਨਾਂ ਦੀ ਕੰਪਨੀ ਨੇ ਪਾਮ ਤੇਲ ਤੇ ਸੋਇਆ ਤੇਲ ਦੀਆਂ ਕੀਮਤਾਂ 'ਚ ਵੀ 20% ਕਟੌਤੀ ਕਰ ਦਿੱਤੀ ਹੈ। ਹਿੰਦੁਸਤਾਨ ਲੀਵਰ ਨੇ ਵੀ ਕੋਰੋਨਾ ਵਾਇਰਸ ਦੇ ਨਾਲ ਲੜਨ ਲਈ ਸਫਾਈ ਉਤਪਾਦਕ ਸੈਨੇਟਾਈਜ਼ਰ, ਤਰਲ ਹੈਂਡ ਵਾਸ਼ ਤੇ ਫਲੋਰ ਕਲੀਨਰਾਂ ਦੀ ਕੀਮਤ ਵਿੱਚ 15% ਕਟੌਤੀ ਕਰਨ ਦਾ ਐਲਾਨ ਕੀਤਾ। ਸ਼ੁੱਕਰਵਾਰ ਨੂੰ ਕੰਪਨੀ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹਨਾਂ ਨੇ ਨਵੇਂ ਮੁੱਲ ਤੇ ਉਤਪਾਦਨ ਦਾ ਨਿਰਮਾਣ ਸ਼ੁਰੂ ਕਰ ਦਿੱਤਾ। ਕੁਝ ਹਫ਼ਤਿਆਂ ਵਿੱਚ ਇਹ ਉਤਪਾਦ ਬਾਜ਼ਾਰ ਵਿੱਚ ਆ ਜਾਣਗੇ। ਇਸ ਤੋਂ ਇਲਾਵਾ ਕੰਪਨੀ ਨੇ ਲਾਇਬੋਏ ਸੈਨੇਟਾਈਜ਼ਰ ਦਾ ਉਤਪਾਦਨ ਵੀ ਵਧਾਇਆ ਤੇ ਕੰਪਨੀ ਨੇ ਆਉਣ ਵਾਲੇ ਮਹੀਨਿਆਂ ਵਿੱਚ 2 crore ਲਾਇਬੋਏ ਸਾਬਣ ਜ਼ਰੂਰਤਮੰਦ ਲੋਕਾਂ ਨੂੰ ਦਾਨ ਕਰਨ ਦਾ ਐਲਾਨ ਵੀ ਕੀਤਾ ਹੈ। ਸੋ ਪੰਜਾਬੀ ਗੁਨਾਹ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣ ਰਹੇ ਸਾਡੇ ਚੈਨਲ ਦੇ ਨਾਲ।